सब्सक्राइब करो पंजाबी रील टीवी। हेलो जी, माय नेम इज अमेजिंग एंड यू आर वाचिंग मी ऑन पंजाबी रील टीवी। सो आज आप गल करेंगे स्ट्रीट सिंगर्स की। स्ट्रीट सिंगर्स की आप अगे भी काफ़ी सारे वीडियोज़ देख चुके हैं ऑलरेडी, एंड आज पर एक स्पेशल वीडियो यार, बिकॉज इंस्टाग्राम से आप एक वीर ने एक वीडियो भेजी, ईमेल्स के भी दो तीन जने ने वो सेम वीडियो भेजी, एंड वो दावा कर रहे हैं कि ये जो बंदा गा रहा ना, ये बिल्कुल नुसरत फतेह अली खान साहब द सेम डिट्टो आवाज़ में गा रहा है। सो मैं क्या यार इदा किमें हो सकता है, फिर मैं क्या जे इदा है भी तो यार ये बहुत वड्डी गल है, बड़ी एक टैलेंट वाली गल है बंदे की। सो दैट्स वाई आई एम वॉचिंग विद यू आ वाली वीडियो अज। ओके, कुकर की सीटी वज गई है, आलू रखे मम्मी ने, कहते सैंडविच बनाने, मैं क्या चलो कोई गल नहीं, मैं वीडियो बना लेना फिर उस बार रल के खा लेंगे। ठीक है, सो गाइज अज आप वीडियो करेंगे शुरू, पर उस पहले अपने चैनल में करो सब्सक्राइब, हिट द बैल आइकन एज वैल, तो नोटिफिकेशन तुहाडे फोन ते तुहानू दैड़ 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 करके मिल गया रहन। ठीक है जी, सो बड़ी जल्दी कुछ नवं भी लैके आवेंगे तुहाडे लई, पर अज ये रिएक्शन मेरे नाल देखो, ये बहुत कैंट होने वाला। सो लैट गैट स्टार्टड। समंदर में समंदर को सहारा कौन देगा, मेरी आंखों को आंखों का किनारा कौन देगा, किनारा कौन देगा, नींद लगता है तब किसकी बोलती है। वाकई आवाज काफी डिटो मिलती है, मैच कर दी है यार। किसकी बोलती है, मेरे गीतों को गीतों का सहारा कौन देगा, मेरी आंखों को आंखों का किनारा कौन देगा, किनारा कौन देगा। वाह, मेरी आवाज में आवाज किसकी बोलती है, मेरे गीतों को हाँ निचला सो रहना जरा बड़ा परफेक्ट लग रहा देगा, मेरी आंखों को आंखों का किनारा कौन देगा, किनारा कौन देगा, किनारा कौन देगा। उस मैन लगता कुछ होर भी गाने गए। एक बोल आपने मेरी फरमाइश ना भाई ने साडे की फरमाइश जी जी शाह भाई कासाब है देख गदल जाहिद फतेह अली खान इनका नाम है। गाना प्लीज यार आही हो जी, नहीं यार आही हो जी, सुन चरखे दी मिठी मिठी को थैंक यू। वाह ओपनिंग बड़ी जबरदस्त है, दर्दफुल आवाज, दर्दफुल मेरा नवा वर्ड याद किया मैं। सोचब से दी मिठी मिठी कु माया मन याद आंदा, सोचब से दी मिठी मिठी कु माया मन याद आंदा, मेरे दिल झूठ दिए हूक माया मन याद आए डिटो, जो माइया मैनू क्या इन्होंने नीचे आते हुए तो वह जमा
ਨੁਸਰਤ ਫਤਿਹ ਅਲੀ ਖਾਨ ਸਾਹਿਬ ਵਰਗੀ ਆਵਾਜ਼ ਲੱਗੀ ਮੈਨੂੰ ਯਾਦ ਆਉਂਦਾ ਮੇਰੇ ਦਿਲ ਚੋਂ ਉੱਠਦੀ ਹੈ ਮਾਇਆ ਮੈਨੂੰ ਯਾਦ ਆਉਂਦਾ ਸੋਚਣ ਸੇ ਦੀ ਹਾਏ ਹਾਏ ਮਿੱਠੀ ਮਿੱਠੀ ਕੂ ਵਾਹ ਵਾਹ ਉਤਲਾ ਸੁਰ ਵੀ ਲਾ ਦੇ ਭਾਈ ਇੱਕ ਵਾਰੀ ਮਾਹੀ ਆਵੇ ਦਾ ਤੇ ਖੁਸ਼ੀਆਂ ਮਨਾਵਾਂਗੀ ਕਿਆ ਬਾਤ ਉਹਦੇ ਰਾਹਾਂ ਵਿੱਚ ਅੱਖੀਆਂ ਬਿਛਾਵਾਂਗੀ ਹਾਂ ਆਹੀ ਚਾਹੁੰਦਾ ਸੀ ਮੈਂ ਵਾਹ ਗ੍ਰੇਟ ਜਾਨ ਛੱਡੀਏ ਵਿਛੋੜਿਆਂ ਨੇ ਫੂ ਮਾਇਆ ਮੈਨੂੰ ਯਾਦ ਆਉਂਦਾ ਸੋਚ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਉਂਦਾ ਨਾਈਸ ਮਿੱਠੀ ਮਿੱਠੀ ਕੂਕ ਮੇਰੀ ਦੁਆਲਾ ਚਮਕ ਤੋਂ ਬੜੀ ਪਾਵਰਫੁਲ ਹੈ ਯਾਰ ਮੇਰੀ ਦੁਆਲਾ ਹਰ ਚਮਕ ਚੜੇਗਾ ਚੜੇਗਾ ਅੱਲਾ ਜਾਣੇ ਮਾਈ ਕਦੋਂ ਮੇਰੇ ਬਣੇਗਾ ਬਣੇਗਾ ਸੁਰ ਬਹੁਤ ਜ਼ਬਰਦਸਤ ਲੱਗਾ ਵਾਲਾ ਗਲਾ ਗਲਾ ਬੜਾ ਸਾਫ਼ ਹੈ ਯਾਰ ਇਹਨਾਂ ਦਾ ਮਤਲਬ ਹਰਕਤ ਬੜੀ ਕਲੀਅਰਲੀ ਲੈਂਦੇ ਆ ਮਿੱਠੀ ਮਿੱਠੀ ਮਾਇਆ ਮੈਨੂੰ ਯਾਦ ਆਉਂਦਾ ਸੁਣੇ ਚਰਕੇ ਮਿੱਠੀ ਮਿੱਠੀ ਵਾਓ ਮੈਨ ਓਕੇ ਗਾਈ ਸੋ ਇਹ ਸੀ ਅੱਜ ਦੀ ਇੱਕ ਵੀਡੀਓ ਅਤੇ ਵੀਡੀਓ ਸੁਣ ਕੇ ਦੇਖ ਕੇ ਮੈਂ ਤਾਂ ਖੁਸ਼ ਹੋ ਗਿਆ ਐਂਡ ਮੈਂ ਬਹੁਤ ਅੱਜ ਐਂਟਰਟੇਨ ਕੀਤਾ ਆਪਦੇ ਆਪ ਨੂੰ ਵੀ ਅਤੇ ਸ਼ਾਇਦ ਤੁਹਾਨੂੰ ਵੀ ਮਤਲਬ ਮੈਂ ਨਹੀਂ ਕੀਤਾ ਇਹਨਾਂ ਨੇ ਕੀਤਾ ਐਕਚੁਅਲੀ ਸੋ ਕਾਫੀ ਵਧੀਆ ਸੀ ਯਾਰ ਵੀਡੀਓ ਜਿਸ ਹਿਸਾਬ ਨਾਲ ਇਹ ਬੰਦਾ ਗਾ ਰਿਹਾ ਇਹਦੀ ਆਵਾਜ਼ ਉੱਪਰ ਇੰਨਾ ਹਾਈ ਸਕੇਲ ਗਾ ਰਿਹਾ ਅੱਛਾ ਗਾ ਰਿਹਾ ਨਿਭਾ ਰਿਹਾ ਬੈਲੈਂਸ ਵਿੱਚ ਗਾ ਰਿਹਾ ਨਾ ਜਿਵੇਂ ਇੱਕ ਹੁੰਦਾ ਉੱਪਰ ਜਾ ਕੇ ਜਦੋਂ ਬੰਦਾ ਉੱਚਾ ਗਾਉਂਦਾ ਨਾ ਉਹਦੇ ਉਹਨੂੰ ਕੰਟਰੋਲ ਕਰਨਾ ਡਿਫੀਕਲਟ ਹੋ ਜਾਂਦਾ ਬਟ ਇਹਦਾ ਜਿਹੜਾ ਕੰਟਰੋਲ ਹੈ ਨਾ ਆਪਦੀ ਆਵਾਜ਼ ਉੱਤੇ ਉਹ ਬਹੁਤ ਜ਼ਬਰਦਸਤ ਆ ਮੈਨੂੰ ਵਾਕਈ ਇਹ ਚੀਜ਼ ਬਹੁਤ ਅੱਛੀ ਲੱਗੀ ਐਂਡ ਵਨ ਥਿੰਗ ਮੋਰ ਕਿ ਜਿੱਦਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਆਪਾਂ ਸਰੀਰ ਦੇਖਦੇ ਹਾਂ ਭਾਰ ਆ ਹੈ ਨਾ ਬੋਡੀ ਉਹਨਾਂ ਦੀ ਹੈਵੀ ਵੇਟ ਆ ਅਤੇ ਉਹਨਾਂ ਦੀ ਜਿਹੜੀ ਆਵਾਜ਼ ਆ ਆਪਾਂ ਨੂੰ ਲੱਗਦਾ ਕਿ ਉਹਨਾਂ ਦੀ ਆਵਾਜ਼ ਮਤਲਬ ਇੰਨੀ ਵਧੀਆ ਭਾਰੀ ਹੈ ਬੇਸ ਵਾਲੀ ਹੈ ਹੈ ਨਾ ਅਤੇ ਇਹ ਦੇਖੋ ਬੰਦਾ ਮਤਲਬ ਮੋਟਾ ਨਹੀਂ ਹੈ ਪਤਲਾ ਬਟ ਫਿਰ ਵੀ ਇਹਦੀ ਆਵਾਜ਼ ਦੇਖੋ ਯਾਰ ਕਿੰਨੀ ਬੇਸ ਵਾਲੀ ਹੈ ਕਿੰਨੀ ਸਟਰੋਂਗ ਹੈ ਕਿੰਨੀ ਪਾਵਰਫੁਲ ਆ ਗਲਾ ਕਿੰਨਾ ਦਾ ਭਰਵਾਂ ਹੈ ਨਾ ਅਤੇ ਮਤਲਬ ਇਹ ਗੋਡ ਗਿਫਟਡ ਟੈਲੈਂਟ ਹੀ ਹੈ ਯਾਰ ਇਹ ਵਾਕਈ ਮਤਲਬ ਇੰਨਾ ਅੱਛਾ ਗਾਉਣਾ ਉਹਨੂੰ ਨਿਭਾਉਣਾ ਬਾਕੀ ਬੰਦਾ ਇਹ ਰਿਆਜ਼ ਕਰਦਾ ਹੋਣਾ ਬਾਈ ਅਤੇ ਵਧੀਆ ਕਰਦਾ ਬਹੁਤ ਵਧੀਆ ਗਾਉਂਦਾ ਮੈਨੂੰ ਇਹਨਾਂ ਦੀ ਹਿਸਟਰੀ ਜਾਂ ਬਾਇਓ ਤਾਂ ਪਤਾ ਨਹੀਂ ਕਿ ਇਹ ਕੌਣ ਨੇ ਕਿੱਥੋਂ ਦੇ ਨੇ ਕੀ ਕਰਦੇ ਨੇ ਬਟ ਇਹਨਾਂ ਦੀ ਸਿੰਗਿੰਗ ਵਾਕਈ ਬਹੁਤ ਅੱਛੀ ਹੈ ਯਾਰ ਐਂਡ ਜਿਹੜੇ ਬੰਦੇ ਕੋਲ ਕੁਛ ਟੈਲੈਂਟ ਹੁੰਦਾ ਨਾ ਖਾਸ ਕਰਕੇ ਸਿੰਗਿੰਗ ਦਾ ਜੋ ਮਿਊਜ਼ਿਕ ਨਾਲ ਰਿਲੇਟਡ ਹੁੰਦਾ ਉਹਦੀ ਰਿਸਪੈਕਟ ਕਰਨੀ ਬਣਦੀ ਹੈ ਯਾਰ ਸੋ ਪਲੀਜ਼ ਤੁਹਾਡਾ ਇੱਕ ਸ਼ੇਅਰ ਇੱਕ ਰਿਸਪੈਕਟ ਹੈ ਇਹਨਾਂ ਦੇ ਲਈ ਸੋ ਪਲੀਜ਼ ਸ਼ੇਅਰ ਕਰੋ ਇਸ ਵੀਡੀਓ ਨੂੰ ਜ਼ਰੂਰ ਅਤੇ ਬਾਕੀ ਮੈਨੂੰ ਤਾਂ ਕਾਫੀ ਅੱਛੀ ਲੱਗੀ ਯਾਰ ਮੈਂ ਜਿੱਦਾਂ ਆਪਾਂ ਹੋਰ ਵੀ ਇੱਦਾਂ ਦੀਆਂ ਵੀਡੀਓਜ਼ ਦੇਖਦੇ ਹਾਂ ਸਟਰੀਟ ਸਿੰਗਰਸ ਵਾਲੀਆਂ ਮੈਨੂੰ ਲੱਗਦਾ ਨਹੀਂ ਕਿ ਯੂਟਿਊਬ 'ਤੇ ਜਿੰਨੇ ਵੀ ਹੋਰ ਚੈਨਲ ਆ ਉਹਨਾਂ ਚੈਨਲਸ ਦੇ ਵਿੱਚ ਸਟਰੀਟ ਸਿੰਗਰਸ ਦੀਆਂ ਵੀਡੀਓਜ਼ ਇੱਦਾਂ ਦੇਖੀਆਂ ਜਾਂਦੀਆਂ ਜਿੰਨੀਆਂ ਕਿ ਮੈਂ ਦੇਖ ਦਿੰਦਾ ਸੋ ਮੈਨੂੰ ਅੱਛਾ ਲੱਗਦਾ ਯਾਰ ਦੇਖਣਾ ਮੈਨੂੰ ਗਾਈਜ਼ ਹੋਰ ਸੈਂਡ ਕਰੋ ਇੰਸਟਾਗ੍ਰਾਮ 'ਤੇ ਪੰਜਾਬੀ ਰੀਅਲ ਟੀ ਵੀ ਆਪਣਾ ਇੰਸਟਾਗ੍ਰਾਮ ਦਾ ਹੈਂਡਲ ਹੈ ਉੱਥੇ ਫੋਲੋ ਕਰਕੇ ਅਤੇ ਮੈਨੂੰ ਰਿਕੁਐਸਟ ਜ਼ਰੂਰ ਕਰੋ ਇਹੋ ਜਿਹੀ ਵੀਡੀਓਜ਼ 'ਤੇ ਐਂਡ ਮੈਨੂੰ ਹੋਰ ਵੀ ਮੈਂ ਵੀਡੀਓਜ਼ ਦੇਖੇ ਜ਼ਰੂਰੀ ਨਹੀਂ ਕਿ ਜਿਹੜੀਆਂ ਵੀਡੀਓਜ਼ 'ਤੇ ਮਿਲੀਅਨਸ ਵਿੱਚ ਵਿਊਜ਼ ਹੈ ਤੁਸੀਂ ਮੈਨੂੰ ਉਹੀ ਦੇਣੀਆਂ ਜਾਂ ਲੱਖਾਂ ਵਿੱਚ ਵਿਊਜ਼ ਨੇ ਮੈਂ ਉਹ ਵੀਡੀਓਜ਼ ਵੀ ਪਿੱਕ ਕਰਦਾ ਪਿੱਛੇ ਜਿਹੇ ਵੀ ਆਪਾਂ ਇੱਦਾਂ ਵੀਡੀਓਜ਼ ਕੀਤੀਆਂ ਜਿਨ੍ਹਾਂ 'ਤੇ ਜਸਟ
ਮਤਲਬ ਜਿਨ੍ਹਾਂ ਨੇ ਕੋਈ ਨਵੇਂ ਬੰਦੇ ਹੁੰਦੇ ਆ ਬਿਗਨਰ ਹੁੰਦੇ ਆ ਨਾ ਪਰ ਉਹਨਾਂ ਦੀ ਸਿੰਗਿੰਗ ਹੈ ਜਿਹੜੀ ਗਾਇਕੀ ਆ ਉਹ ਜ਼ਬਰਦਸਤ ਆ ਸੋ ਇੱਦਾਂ ਦੀਆਂ ਵੀਡੀਓਜ਼ ਜਿਨ੍ਹਾਂ ਦੇ ਬਹੁਤ ਘੱਟ ਵਿਊਜ਼ ਹੈ ਉਹ ਵੀ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਸੋ ਉਹਨਾਂ ਦੀ ਵੀ ਹੈਲਪ ਹੋ ਜਾਂਦੀ ਹੈ ਯਾਰ ਮਤਲਬ ਉਹਨਾਂ ਨੂੰ ਇੱਕ ਪਲੇਟਫਾਰਮ ਚਾਹੀਦਾ ਹੁੰਦਾ ਅਤੇ ਜੇਕਰ ਤੁਸੀਂ ਸਾਨੂੰ ਇੰਨੇ ਪਿਆਰ ਦਿੰਦੇ ਹੋ ਆਪਣੇ 400,000 ਤੋਂ ਉੱਪਰ ਸਬਸਕ੍ਰਾਈਬਰਸ ਹੋਏ ਨੇ ਸੋ ਆਪਾਂ ਉਹਨਾਂ ਦਾ ਫਾਇਦਾ ਯਾਰ ਮੈਨੂੰ ਇਕੱਲੇ ਨੂੰ ਨਹੀਂ ਮੈਂ ਚਾਹੁੰਦਾ ਕਿ ਜਿਹੜੇ ਇੱਦਾਂ ਦੇ ਸਿੰਗਰਸ ਆ ਉਹਨਾਂ ਨੂੰ ਵੀ ਫਾਇਦਾ ਹੋਵੇ ਠੀਕ ਹੈ ਸੋ ਪਲੀਜ਼ ਮੈਨੂੰ ਇੱਦਾਂ ਦੀ ਵੀਡੀਓ ਸੈਂਡ ਕਰੋ ਤਾਂ ਜੋ ਆਪਾਂ ਦੇਖ ਸਕੀਏ ਆਪ ਬੰਦੇ ਨੇ ਅੱਜ ਦਾ ਦਿਨ ਬਣਾਤਾ ਯਾਰ ਵਾਕਈ ਨੁਸਰਤ ਫਤਿਹ ਅਲੀ ਖਾਨ ਸਾਹਿਬ ਵਰਗੀ ਆਵਾਜ਼ ਇਹਨਾਂ ਦੀ ਟੋਨ ਉੱਦਾਂ ਦੀ ਨਿਕਲਦੀ ਹੈ ਐਂਡ ਹਾਵ ਭਾਵ ਐਂਡ ਗਰਾਰੀਆਂ ਬਹੁਤ ਜ਼ਬਰਦਸਤ ਲੱਗੀਆਂ ਯਾਰ ਮੈਂ ਪਤਾ ਕੀ ਹੈ ਆਪਾਂ ਵੀਡੀਓ ਸਿੰਪਲ ਦੇਖਦੇ ਹਾਂ ਨਾ ਬਟ ਜਦੋਂ ਉਹੀ ਵੀਡੀਓ ਆਡੀਓ ਰਿਕਾਰਡਿੰਗ ਹੁੰਦੀ ਆ ਉਹ ਹੋਰ ਚੀਜ਼ ਬਣਦੀ ਹੈ ਬਟ ਜਿਹੜੀ ਆ ਲਾਈਵ ਹੈ ਨਾ ਬਹੁਤ ਜ਼ਬਰਦਸਤ ਹੈ ਇਹਨਾਂ ਦੀ ਜਿਹੜੀਆਂ ਹਰਕਤਾਂ ਇਹ ਬਹੁਤ ਇੱਕ ਹਾਈ ਲੈਵਲ ਵਾਲਾ ਜਿਹੜਾ ਸਿੰਗਰ ਹੁੰਦਾ ਨਾ ਪ੍ਰੋਫੈਸ਼ਨਲ ਉਹਨਾਂ ਵਾਂਗੂ ਆ ਜੇਕਰ ਬੰਦੇ ਨੂੰ ਮੌਕਾ ਮਿਲਣਾ ਹੈ ਇਹ ਦੁਨੀਆ 'ਤੇ ਰਾਜ ਕਰੇਗਾ ਜੇਕਰ ਇਹਨੂੰ ਥੋੜ੍ਹਾ ਜਿਹਾ ਪੁਸ਼ ਮਿਲ ਜਾਣਾ ਇਹਨੂੰ ਬ੍ਰੇਕ ਮਿਲ ਜਾਏ ਕਿਤੋਂ ਦਾ ਯਾਰ ਬਹੁਤ ਵਧੀਆ ਹੋਏਗਾ ਹੈ ਨਾ ਮੈਂ ਚਾਹੁੰਦਾ ਕਿ ਇਹੋ ਜਿਹੇ ਸਿੰਗਰਸ ਅੱਗੇ ਆਉਣ ਅਤੇ ਵਧੀਆ ਗਾਇਕੀ ਨੂੰ ਪ੍ਰਮੋਟ ਕਰਨ ਹੈ ਨਾ ਸੋ ਮੈਨੂੰ ਤਾਂ ਅੱਜ ਦੀ ਵੀਡੀਓ ਅੱਛੀ ਲੱਗੀ ਤੁਹਾਨੂੰ ਕਿੱਦਾਂ ਲੱਗੀ ਮੈਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮੈਂ ਤੁਹਾਨੂੰ ਮਿਲੂੰਗਾ ਇੱਦਾਂ ਕਿਸੇ ਹੋਰ ਵੀਡੀਓ ਦੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ